ਜ਼ਿੰਦਗੀ 'ਚ ਨਾ ਇਨਸਾਨ ਦੇ ਤਿੰਨ ਕਰੈਕਟਰ ਹੁੰਦੇ ਨੇ। ਪਹਿਲਾ ਕਰੈਕਟਰ ਉਹ ਹੁੰਦਾ ਜੋ ਸੋਸ਼ਲ ਨੈਟਵਰਕ ਦਿਖਾਉਂਦਾ, ਮਤਲਬ ਕਿ ਦੁਨੀਆ ਨੂੰ ਦਿਖਾਉਂਦਾ, ਉਸਦਾ ਖੁਦ ਦਾ ਚਿਹਰਾ ਜੋ ਦੁਨੀਆ ਨੂੰ ਦਿਖਾ ਰਿਹਾ। ਤੇ ਦੂਸਰਾ ਕਰੈਕਟਰ ਉਹ ਆਪਣੇ ਪਰਿਵਾਰ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਤੇ ਦੋਸਤਾਂ ਨੂੰ ਦਿਖਾਉਂਦਾ। ਤੇ ਤੀਸਰਾ ਕਰੈਕਟਰ, ਮੇਨ ਕਰੈਕਟਰ ਹੁੰਦਾ ਉਹਦਾ, ਜੋ ਕਿਸੇ ਨੂੰ ਨਹੀਂ ਦਿਖਾਉਂਦਾ, ਉਹਦਾ ਉਹੀ ਅਸਲੀ ਚਿਹਰਾ ਹੁੰਦਾ। ਦੋਸ ਇਜ਼ ਯੂਅਰ ਰੀਅਲ ਕਰੈਕਟਰ ਵੈਨ ਯੂ ਆਰ ਇਨ ਦਾ ਡਾਰਕ, ਮਤਲਬ ਕਿ ਉਹਦਾ ਅਸਲੀ ਚਿਹਰਾ ਉਹ ਕਿਸੇ ਨੂੰ ਨਹੀਂ ਦਿਖਾਉਂਦਾ, ਉਹ ਉਹਨੂੰ ਖੁਦ ਨੂੰ ਪਤਾ ਹੁੰਦਾ ਹੈ। ਜਦੋਂ ਉਹ ਇੱਕ ਡਾਰਕ ਕਮਰਾ ਲਾ ਲਓ ਸਮਝ ਲਓ, ਜਾਂ ਉਹ ਇਕੱਲਾ ਹੁੰਦਾ, ਉਹ ਆਪਣੇ ਆਪ ਨਾਲ ਕੀ ਸੋਚ ਰਿਹਾ, ਕੀ ਰੱਖ ਰਿਹਾ ਆਪਣੇ ਅੰਦਰ, ਉਸਦਾ ਉਹ ਰੀਅਲ ਕਰੈਕਟਰ ਹੁੰਦਾ।